ਪੁਤਲੀਘਾਟ ਦੇ ਵਾਲਮੀਕੀ ਚੌਂਕ ਵਿਖੇ BRTS ਬੱਸ ਦਾ ਇੱਕ 3 ਵੀਲਰ ਅਤੇ ਮੋਟਰਸਾਈਕਲ ਨਾਲ ਜ਼ਬਰਦਸਤ ਐਕਸੀਡੈਂਟ ਹੋ ਗਿਆ। ਇਸ ਮੌਕੇ ਬੱਸ ਦੇ ਡਰਾਈਵਰ ਵੱਲੋਂ 3 ਵੀਲਰ ਅਤੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਐਕਸੀਡੈਂਟ ਹੋਇਆ। ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਂ ਪੁਤਲੀਘਾਟ ਵਾਲੀ ਸਾਈਡ ਤੋਂ ਆ ਰਿਹਾ ਸੀਗਾ, ਆਪਣਾ ਰਿਲਾਇੰਸ ਫਰੈਸ਼ ਵਾਲੀ ਸਾਈਡ, ਵਾਲਮੀਕੀ ਬਾਬਾ ਦੀ ਮੂਰਤੀ ਵਾਲੀ ਸਾਈਡ, ਅਤੇ ਰਸਤੇ ਦੇ ਵਿੱਚ ਮੈਂ ਮੈਟਰੋ ਲਾਈਨ 'ਚੋਂ ਨਿਕਲ ਰਿਹਾ ਸੀਗਾ। ਠੀਕ ਹੈ ਜੀ, ਮੈਟਰੋ ਲਾਈਨ 'ਚ ਚਲਦੇ ਚਲਦੇ ਜਦੋਂ ਮਤਲਬ ਮੈਂ ਬ੍ਰੇਕ ਲਗਾਈ, ਅੱਗੇ ਟ੍ਰੈਫਿਕ ਸੀਗਾ, ਇਸੇ ਲਾਈਨ 'ਚੋਂ ਸਾਹਮਣੀ ਸਾਈਡ ਤੋਂ ਆ ਰਹੇ ਸੀਗੇ। ਠੀਕ ਹੈ ਜੀ, ਮਤਲਬ ਸਾਰੀ ਲਾਈਨ ਚੱਲਦੀ ਵੀ ਸਾਹਮਣੀ ਲਾਈਨ ਤੋਂ ਵੀ ਆ ਰਹੇ ਸੀਗੇ, ਅਤੇ ਜਦੋਂ ਮੈਂ ਮਤਲਬ ਬ੍ਰੇਕ ਲਗਾਈ ਕਿਉਂਕਿ ਅੱਗੇ ਜਾਮ ਸੀਗਾ, ਅਤੇ ਪਿੱਛੋਂ ਬੱਸ ਵਾਲੇ ਨੇ ਵਿੱਚ ਮਾਰਿਆ ਬਾਈਕ ਦੇ। ਠੀਕ ਹੈ, ਅਤੇ ਮੇਰੇ ਫਾਦਰ ਸਾਹਿਬ ਦੇ ਮਤਲਬ ਥੱਲੇ ਵਾਲੇ ਹਿੱਸੇ ਦੇ ਥੱਲੇ ਵਾਲੇ ਧੜ ਦੇ ਉੱਤੇ ਬੱਸ ਚੜ੍ਹਾ ਤੀ ਪਿਛਲੇ ਟਾਇਰ। ਠੀਕ ਹੈ ਜੀ, ਜਿਹਦੇ ਕਰਕੇ ਮੇਰੇ ਫਾਦਰ ਸਾਹਿਬ ਨਹੀਂ ਰਹੇ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਬੱਸ ਵੀ ਪੁਤਲੀਘਾਟ ਤੋਂ ਜਾ ਰਹੀ ਸੀ ਸਟੇਸ਼ਨ ਵੱਲ, ਉਹਦੇ ਵਿੱਚ ਇੱਕ ਐਕਸੀਡੈਂਟ ਹੋਇਆ, ਉਹਦੇ ਵਿੱਚ ਇੱਕ ਬੰਦੇ ਡੈਥ ਹੋ ਗਈ, ਮਾਰ ਗਈ ਮੋਟਰਸਾਈਕਲ ਦੇ ਜਿਹੜਾ ਸਵਾਰ ਸੀ ਉਹ ਪ੍ਰੋਜੈਕਟ ਦੀ ਬੱਸ ਜਿਹੜੀ ਉਹ ਗਰਿੱਲਾਂ ਤੋੜ ਕੇ ਅਤੇ ਇੱਕ ਪਾਸੇ ਚਲੇ, ਟੈਂਪੂ ਖਾਲੀ ਸੀ ਅਤੇ ਡਰਾਈਵਰ ਉਹ ਵੀ ਛੱਡ ਕੇ ਚਲਾ ਗਿਆ। ਇੱਕ ਬੰਦੇ ਮੌਤ ਰਮਨ ਕੁਮਾਰ।